पेट च प्रॉब्लम चल रही है। ये तो होनी ही है, अपने जिहड़े लोग ने ना इन्हां नूं खाण दा चज नहीं हैगा। तुसीं ऐ करियो, रोटी तो अद्धा घंटा पहला ना वीर जी नूं पानी दा गलास दिओ भर के, ते उस तो बाद जदों रोटी खा ली उस तो पौना घंटा बाद पानी फेर दिओ, ते नाले ध्यान रखियो जिहड़ा पानी आ ना वह कोसा करके दिओ, जे कोई बीमारी रह गई तुसीं तां कहो। और की सारा खाण पीण ने बिगाड़िया पिया आ। हाँ जी, हाँ चलो, हाँ चलो ठीक है, हाँ जी मैं रोटी दे दवां अंदर। हाँ जी ओके बाय। ओहो मैं देसी घ्यो तां चकना ही भुल गई। पीजे दी मम्मी कहते हैं, क्योंकि पीजे की जिहड़ी काढ़ सी ना इतों बाद निकली है। यह अंग्रेज लोग भी साडियां रीसां करदे ने। साग ते आ पा लिया देसी घ्यो ते नाल फिर हरी मिर्च। ये कोई रोटी खाने का तरीका है? रोटी नू रोटी वाले तरीके नाल खाओ। आ भांडे कादे वास्ते ने, आ कौली, आ प्लेट, आ इसे वास्ते ही है विच रख के खाओ इनू। पर इदा खाने च भी की खराबी है? खराबी ही खराबी है, जे कोई दूजा देखो कहो इन्हां नू खाण दा चज नहीं हैगा। दस आ दस रोटी दे उपर साग पाके खाना, पता नहीं केड़े जमाने च बैठे आ। ओ पुराने जमाने दे विच तां लोकी एदां ही मक्की दी रोटी ते सरों दा साग खांदे सी। मक्की दी रोटी ते साग धर के विच देसी घ्यो ते नाल आ हरी मिर्च। दस ये कोई तरीका आ? उदों केड़ा आ भांडे बहुते हुंदे सीगे, ते जे तुसीं पुराने जमाने दी गल करदे हो पहलां तां लोक रथां ते जांदे सी, तां हुण गड्डियां च जाण दी की लोड़ आ बंदे नूं। गल तां इहदी भी ठीक लगदी आ, जमाने दे नाल थोड़ा जिहा बदलना चाहीदा, पर आए हुण स्वाद जिहा नहीं आउणा। दस दूजे बंदे दा भी स्वाद खराब करो। ओ बाबा मैं जोड़े थोड़े मूहरे हाथ, इहनू प्लेट च रख के रोटी नूं खाओ। दस ਕਿੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਅਤੇ ਕਿੱਥੇ ਰਾਤ ਅਤੇ ਕਾਰਾਂ ਦੀ ਗੱਲ। ਇਹ ਵੀ ਨਾ ਬਸ ਬਾਤ ਦਾ ਪਤੰਗੜ ਬਣਾਉਣਾ ਹੋਵੇ ਨਾ ਤਾਂ ਭਾਈ ਇਹਦੇ ਤੋਂ ਆ ਕੇ ਸਿੱਖ ਲਵੇ, ਦੋ ਕੁ ਦਿਨ ਟਿਊਸ਼ਨ ਲੈਣ ਦੀ ਲੋੜ ਹੈ ਇਹਦੇ ਕੋਲ। ਆਹਾ ਅੱਜ ਤਾਂ ਮਜ਼ਾ ਹੀ ਆ ਗਿਆ। दाल रोटी नहीं हैगी, डोसा आ, इहनू इहदे नाल खाईदा हुंदा। फाड़े नू, फाड़े नू। इदां खाण च की प्रॉब्लम आ? जवान लड़ा ना, इक तां मैं तैनूं खाण दा तरीका समझाउण लगी आ, उपरों बकवास करदा पागल जिहा ना होवे तां। बेवकूफ, इहदे नाल खा च। हांजी दीदी। हाँ तुसीं टेस्ट करवाए सीगे, की आईयां रिपोर्ट्स? ओहो कोलेस्ट्रॉल वध गया, फिर तां तुहानूं आपदे खाण पीण दा सारा तरीका चेंज करना पैणा। होर की? हाँ तलियां चीज़ां बंद, घिओ बंद, सवेरे शाम सैर करो। हाँ टेंशन ना लो तुसीं, बस आपदे खाण पीण ते परहेज रखो, सब कुछ ठीक हो जाणा आ। ਤੇਰੇ ਜਿਹੜੇ ਆ ਨੋਹਾਂ ਦੀ ਮੈਲ ਆ ਉਹ ਵੀ ਨਾਲ ਖਾਣ ਲੱਗਿਆ ਹੋਇਆ ਤੂੰ।
ਮੈਂ ਤਾਂ ਫਿਰ ਪਲੇਟ 'ਚ ਰੱਖ ਕੇ ਖਾ ਰਿਹਾ। ਸਾਊਥ ਦੀਆਂ ਫਿਲਮਾਂ 'ਚ ਨਹੀਂ ਦੇਖਿਆ ਤੁਸੀਂ ਲੋਕੀ ਉਹ ਪੱਤਾ ਜਾਂ ਵਿਛਾ ਲੈਂਦੇ ਆ ਤੇ ਉਹਦੇ ਉੱਤੇ ਰੱਖ ਕੇ ਉਵੇਂ ਹੱਥਾਂ ਨਾਲ ਖਾਂਦੇ ਆ। ਤੇ ਫਿਰ ਜੇ ਉਸ ਤੋਂ ਅੱਗੇ ਥੋੜਾ ਜਿਹਾ ਚਲੇ ਜਾਓ ਚਾਈਨਾ 'ਚ ਕੀੜੇ ਮਕੌੜੇ ਲੋਕੀ ਖਾ ਜਾਂਦੇ ਆ, ਫਿਰ ਤੂੰ ਵੀ ਕੀੜੇ ਮਕੌੜੇ ਖਾ ਜਾ ਕਰ। ਆਪਣੇ ਘਰ ਇੰਨੇ ਕਾਕਰੋਚ ਤੁਰੇ ਫਿਰਦੇ ਨੇ, ਸਾਰੇ ਖਾ ਜਾ। ਉਹ ਦੱਸ ਨੂੰ ਹੱਦ ਹੋ ਗਈ ਜੇ ਏਡਾ ਖਾ ਗਿਆ ਕੀ ਪ੍ਰੋਬਲਮ ਕੀ ਆ? ਹਰ ਗੱਲ ਦੇ ਵਿੱਚ ਆ ਬਿਸਕੁਟ ਨਹੀਂ ਖਾਣਾ, ਆਹ ਨਹੀਂ ਕਰਨਾ, ਆਹ ਸਾਗ ਤੁਸੀਂ ਕਿਵੇਂ ਕਰ ਰਹੇ ਡੋਸਾ? ਤੂੰ ਤਾਂ ਜਿਉਣਾ ਦੁੱਬਰ ਕੀਤਾ ਪਿਆ ਬੰਦਾ, ਦੱਸ ਖਾਣ ਪੀਣ ਵਿੱਚ ਆਜ਼ਾਦੀ ਨਾਲ ਤਾਂ ਖਾ ਲਵੇ। ਖਾ ਲਵੇ ਬੰਦਾ ਪਰ ਬੰਦਿਆਂ ਦੀ ਤਰ੍ਹਾਂ ਖਾਵੇ। ਦੱਸ ਕਿੱਦਾਂ ਖਾਈਏ ਹੁਣ? ਦੱਸ ਤੁਹਾਨੂੰ ਨਾ ਟ੍ਰੇਨਿੰਗ ਦੀ ਲੋੜ ਆ ਤੁਹਾਨੂੰ ਜਾਣਿਆਂ ਨੂੰ। ਚੱਲ ਤੂੰ ਪਹਿਲਾਂ ਤੂੰ ਸਾਨੂੰ ਟ੍ਰੇਨਿੰਗ ਹੀ ਦੇ ਲੈ, ਤੂੰ ਫਿਰ ਉਦਾਂ ਹੀ ਖਾ ਲਿਆ ਕਰ। ਰੋਜ਼ ਦੀ ਜਿਹੜੀ ਕਿਚਕਿਚ ਬਾਜੀ ਹੈ ਨਾ ਖਤਮ ਹੋ ਜਾਵੇ ਪਹਿਲਾਂ। ਦੱਸ ਖਾਣ ਦਾ ਤਰੀਕਾ ਸੁਧਾਰ ਲਓ ਆਪਦਾ ਸਾਰਾ ਕੁਝ। ਲੋਕੀ ਪਤਾ ਨਹੀਂ ਕੀ ਕਹਿਣਗੇ ਤੁਹਾਨੂੰ ਨਾ। ਅੱਜ ਤੋਂ ਤੁਹਾਡੀ ਟ੍ਰੇਨਿੰਗ ਸ਼ੁਰੂ ਆ। ਉਹ ਚੱਲ ਤੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਫਿਰ ਹੁਣੇ ਤੋਂ ਹੀ। ਚੱਲ ਦੱਸ ਹੁਣ। ਚਲੋ ਫਿਰ ਆ ਬਿਸਕੁਟ ਬਿਨਾ ਚਾਹ ਦੇ ਡੋਬ ਕੇ ਖਾਣੇ ਨੇ, ਤੇ ਤੂੰ ਆ ਜਿਹੜਾ ਚਾਵਲ ਨੇ ਨਾ ਸਪੂਨ ਚੱਕ ਕੇ ਲੈ ਕੇ ਆ ਸਪੂਨ ਨਾਲ ਖਾਣੇ। ਖਾਣਾ ਕਿੱਦਾਂ ਖਾਣਾ ਚਾਹੀਦਾ, ਕਿਸ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ, ਗੱਲਾਂ ਤਾਂ ਵੈਸੇ ਕੰਮ ਦੀਆਂ ਸਮਝਾਈਏ। ਅਤੇ ਕਹਿੰਦੇ ਸੀ ਸਭ ਤੋਂ ਪਹਿਲਾਂ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਸਾਬਣ ਨਾਲ ਧੋ। ਪਹਿਲਾਂ ਇਹੀ ਕੰਮ ਤੋਂ ਸਟਾਰਟ ਕਰਦੇ ਹਾਂ। ਚੰਗੀ ਤਰ੍ਹਾਂ ਹੱਥ ਸਾਫ਼ ਕਰਕੇ ਪੂੰਝਣੇ ਆ। ਅਤੇ ਡਾਇਨਿੰਗ 'ਤੇ ਕਹਿੰਦੇ ਸੀ ਚੇਅਰ ਐਨ ਇਸ ਤਰੀਕੇ ਦੇ ਨਾਲ ਪਿੱਛੇ ਕਰਨੀ ਆਰਾਮ ਨਾਲ, ਅਤੇ ਇੱਥੇ ਲੱਤਾਂ ਇਹਨੂੰ ਇੱਦਾਂ ਮਿਲ ਕੇ ਇਸ ਤਰ੍ਹਾਂ। ਹੁਣ ਰੋਟੀ ਖਾਣ ਦਾ ਨਜ਼ਾਰਾ ਹੋਊ ਅਤੇ ਡਾਈਜੈਸਟ ਵੀ ਪ੍ਰੋਪਰ ਹੋਊ। ਅੱਧੀਆਂ ਬਿਮਾਰੀਆਂ ਤੋਂ ਤਾਂ ਆਪਾਂ ਇੱਦਾਂ ਹੀ ਬਚ ਜਾਣਾ। ਲਿਆਓ ਸੀ ਖਾਣਾ ਲਿਆਓ। ਖੁਸ਼ੂ ਆਵੇ ਤੂੰ ਆ ਜਾ। ਆਫਿਸ ਚੇਅਰ ਹੈ, ਮੰਮੀ ਨੇ ਕਿਹਾ ਇਸੀ ਡਾਇਨਿੰਗ ਚੇਅਰ 'ਤੇ ਬੈਠ ਕੇ ਖਾਣਾ, ਇਹ ਸਟੇਟ ਬਾਡੀ ਰੱਖ ਕੇ ਖਾਣਾ। ਇੱਧਰ ਆ ਜਾ ਫਿਰ ਕੁੜ ਕੁੜ ਕਰੂ, ਇਹ ਫਾਇਦਾ ਬਸ। ਹੁਣ ਚੰਗੀ ਤਰ੍ਹਾਂ ਆਪਾਂ ਨੂੰ ਟ੍ਰੇਨਿੰਗ। ਮੰਮੀ ਹੈ ਕਿੱਥੇ ਹੈ? ਵੇਟ ਕਰ ਰਿਹਾ ਦੇਖ ਤਾਂ ਮੰਮੀ। ਇੱਦਾਂ ਖਾਣ ਦਾ ਸਵਾਦ ਆਉਂਦਾ ਨਾ, ਉਹ ਪਲੇਟ 'ਚ ਕਿੱਥੋਂ ਆਉਂਦਾ? ਮਜ਼ਾ ਆ ਗਿਆ। ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਣ ਨੂੰ ਹੋਰ। ਲੈ ਇਹਨੇ ਸਿਖਾਇਆ ਸਾਨੂੰ ਖਾਣ ਦਾ ਚੱਜ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਕਿਸੇ ਨੂੰ ਵੀ ਖਾਣ ਪੀਣ ਵੇਲੇ ਟੋਕਣਾ ਨਹੀਂ ਚਾਹੀਦਾ। ਉਹਨੂੰ ਜਿਵੇਂ ਖੁਸ਼ੀ ਮਿਲਦੀ ਹੈ ਜਾਂ ਜਿਵੇਂ ਸੈਟੀਸਫੈਕਸ਼ਨ ਮਿਲਦੀ ਹੈ ਖਾਣ ਦੇ ਟਾਈਮ, ਉਹਨੂੰ ਖਾਣ ਦੇਣਾ ਚਾਹੀਦਾ। ਅਤੇ ਦੂਸਰੀ ਗੱਲ ਆਪਾਂ ਇਹਨਾਂ ਦਿਨਾਂ 'ਚ ਇਹ ਵੀ ਦੇਖ ਰਹੇ ਹਾਂ ਕਿ ਇੱਕ ਚੀਜ਼ ਦਾ ਪਰਹੇਜ਼ ਕਰਦੇ ਕਰਦੇ, ਬਚਾਓ ਕਰਦੇ ਕਰਦੇ ਤਾਂ ਅਸੀਂ ਕਈ ਹੋਰ ਨਵੀਆਂ ਪ੍ਰੋਬਲਮਸ ਕ੍ਰੀਏਟ ਕਰ ਲੈਂਦੇ ਹਾਂ। ਇਸ ਕਰਕੇ ਆਪਣਾ ਜਿਹੜਾ ਪਰਹੇਜ਼ ਜ਼ਰੂਰ ਰੱਖੋ, ਪਰ ਜਿਉਣ ਦਾ ਅੰਦਾਜ਼ ਵੀ ਬਰਕਰਾਰ ਰੱਖੋ। ਪੁਰਾਣੀਆਂ ਅਤੇ ਨਵੀਆਂ ਚੀਜ਼ਾਂ ਦੋਨੇ ਨਾਲ ਨਾਲ ਹੀ ਚੱਲਦੀਆਂ ਨੇ। ਜੇ ਪੁਰਾਣਾ ਸਟਾਈਲ ਹੈ, ਆਪਾਂ ਹਰ ਇੱਕ ਚੀਜ਼ 'ਚ ਪੁਰਾਣੇ ਸਟਾਈਲ ਨੂੰ ਅਡੋਪਟ ਤਾਂ ਕਰ ਰਹੇ ਹਾਂ, ਚਾਹੇ ਫੈਸ਼ਨ 'ਚ ਹੋਵੇ ਚਾਹੇ, ਤਾਂ ਫਿਰ ਆਪਾਂ ਖਾਣ ਦੇ ਟਾਈਮ ਇੱਦਾਂ ਕਿਉਂ ਕਰਨ ਲੱਗ ਜਾਂਦੇ ਹਾਂ? ਸੋ ਜਿਹਨੇ ਜਿੱਦਾਂ ਖਾਣਾ ਉਵੇਂ ਖਾਵੋ, ਟੋਕੋ ਨਾ। ਹਾਂ, ਮਸਤ ਰਹੋ, ਸਵਸਥ ਰਹੋ, ਖੁਸ਼ ਰਹੋ। ਅਤੇ ਜੇਕਰ ਤੁਸੀਂ ਹਾਲੇ ਤੱਕ ਵੀ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਭੁੱਲ ਗਏ ਨਾ, ਤਾਂ ਯਾਦ ਨਾਲ ਹੁਣੇ ਹੀ ਕਰ ਦਿਓ। ਯਾਦ ਹੈ ਨਾ ਸਾਡਾ ਚੈਨਲ ਅਤੇ ਫੇਸਬੁੱਕ ਪੇਜ ਕਿਹੜਾ ਹੈਗਾ? ਮਿਸਟਰ ਮਿਸਿਸ ਬਿਰਦੀ।